ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦੋਵਾਂ ਨੂੰ ਹੀ ਆਦਰਸ਼ ਜੋੜੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇੱਕ ਫਿਲਮ ਦੇ ਸੈੱਟ ਤੋਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਦੋਵਾਂ ਨੇ ਜਲਦ ਹੀ ਵਿਆਹ ਵੀ ਕਰਵਾ ਲਿਆ। ਪਰ ਹਾਲ ਹੀ ਦੇ ਵਿੱਚ ਹੀ ਦੋਨਾਂ ਦੇ ਤਲਾਕ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸਨ, ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਹੈ ਕਿ ਤਲਾਕ ਦੀਆਂ ਖਬਰਾਂ ਦੇ ਉੱਤੇ ਵਿਰਾਮ ਲੱਗ ਗਿਆ। ਦਰਅਸਲ ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦਾ ਬੀਤੇ ਦਿਨ ਯਾਨੀ ਕਿ 20 ਅਪ੍ਰੈਲ ਨੂੰ ਵਿਆਹ ਦੀ ਵਰੇਗੰਢ ਸੀ। ਇਸ ਮੌਕੇ ਦੇ ਉੱਤੇ ਉਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਖਾਸ ਤਰੀਕੇ ਦੇ ਨਾਲ ਵਧਾਈਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਸਨ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ, ਦੋਵੇਂ ਜਲਦ ਹੀ ਤਲਾਕ ਲੈ ਕੇ ਵੱਖ ਹੋ ਜਾਣਗੇ। ਇਸੇ ਵਿਚਾਲੇ ਹੁਣ ਐਸ਼ਵਰੀਆ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਇੱਕ ਖਾਸ ਪੋਸਟ ਸ਼ੇਅਰ ਕਰਕੇ ਇਹਨਾਂ ਖਬਰਾਂ ਦੇ ਉੱਤੇ ਵਿਰਾਮ ਲਗਾ ਦਿੱਤਾ। ਦੱਸ ਦਈਏ ਕਿ ਅਦਾਕਾਰਾ ਐਸ਼ਵਰੀਆ ਰਾਏ ਨੇ ਅਭਿਸ਼ੇਕ ਬੱਚਨ ਅਤੇ ਧੀ ਅਰਾਧਿਆ ਦੇ ਨਾਲ ਆਪਣੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਤਿੰਨਾਂ ਦੇ ਖਿਲੇ ਹੋਏ ਚਿਹਰੇ ਨਜ਼ਰ ਆ ਰਹੇ ਨੇ। ਇਸ ਤਸਵੀਰ ਨੇ ਐਸ਼ਵਰੀਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਤਲਾਕ ਦੀਆਂ ਵਾਹਾਂ 'ਤੇ ਕਿਤੇ ਨਾ ਕਿਤੇ ਵਿਰਾਮ ਲਾ ਦਿੱਤਾ ਹੈ। ਹਾਲਾਂਕਿ ਦੋਵੇਂ ਜਣੇ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਕੋਈ ਤਸਵੀਰ ਸਾਂਝੀ ਨਹੀਂ ਕਰ ਰਹੇ ਸੀ, ਪਰ ਹੁਣ ਪੂਰੇ ਪਰਿਵਾਰ ਦੇ ਨਾਲ ਐਸ਼ਵਰੀਆ ਰਾਏ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਸੋ ਸਾਲ 2000 ਦੇ ਵਿੱਚ ਫਿਲਮ 2.5 ਅਕਸ਼ਰ ਪ੍ਰੇਮ ਕੇ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ ਦੇ ਉੱਤੇ ਫਲੋਪ ਹੋ ਗਈ ਸੀ। ਪਰ ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦੋਨੋਂ ਜਣੇ ਪਹਿਲੀ ਵਾਰ ਇਸ ਸੈੱਟ ਦੇ ਉੱਤੇ ਮਿਲੇ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਦੇ ਸਫ਼ਰ ਨੂੰ ਅਪਣਾ ਲਿਆ। ਹਾਲਾਂਕਿ ਹੁਣ ਐਸ਼ਵਰੀਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਇਸ ਨੂੰ ਲੈ ਕੇ ਨਾ ਤਾਂ ਕਦੇ ਅਭਿਸ਼ੇਕ ਬੱਚਨ ਨੇ ਆਪਣੇ ਵੱਲੋਂ ਕੋਈ ਖਾਸ ਅਧਿਕਾਰਿਤ ਬਿਆਨ ਦਿੱਤਾ ਹੈ ਅਤੇ ਨਾ ਹੀ ਕਦੇ ਐਸ਼ਵਰੀਆ ਰਾਏ ਨੇ, ਪਰ ਹੁਣ ਇਹ ਪੋਸਟ ਕਿਤੇ ਨਾ ਕਿਤੇ ਜ਼ਾਹਿਰ ਕਰਦੀ ਹੈ ਕਿ ਤਿੰਨੋਂ ਆਪਣੀ ਫੈਮਿਲੀ ਦੇ ਵਿੱਚ ਖੁਸ਼ ਨੇ ਅਤੇ ਜੋ ਡਿਵੋਰਸ ਦੀਆਂ ਅਫਵਾਹਾਂ ਉੱਡ ਰਹੀਆਂ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਇਹ ਜੋ ਤਸਵੀਰ ਹੈ ਵਿਰਾਮ ਲਗਾਉਂਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ। ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦੋਵਾਂ ਨੂੰ ਹੀ ਆਦਰਸ਼ ਜੋੜੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਇੱਕ ਫਿਲਮ ਦੇ ਸੈੱਟ ਤੋਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਦੋਵਾਂ ਨੇ ਜਲਦ ਹੀ ਵਿਆਹ ਵੀ ਕਰਵਾ ਲਿਆ। ਪਰ ਹਾਲ ਹੀ ਦੇ ਵਿੱਚ ਹੀ ਦੋਨਾਂ ਦੇ ਤਲਾਕ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸਨ, ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਹੈ ਕਿ ਤਲਾਕ ਦੀਆਂ ਖਬਰਾਂ ਦੇ ਉੱਤੇ ਵਿਰਾਮ ਲੱਗ ਗਿਆ। ਦਰਅਸਲ ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦਾ ਬੀਤੇ ਦਿਨ ਯਾਨੀ ਕਿ 20 ਅਪ੍ਰੈਲ ਨੂੰ ਵਿਆਹ ਦੀ ਵਰੇਗੰਢ ਸੀ। ਇਸ ਮੌਕੇ ਦੇ ਉੱਤੇ ਉਹਨਾਂ ਦੋਵਾਂ ਨੇ ਇੱਕ ਦੂਜੇ ਨੂੰ ਖਾਸ ਤਰੀਕੇ ਦੇ ਨਾਲ ਵਧਾਈਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਸਨ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ, ਦੋਵੇਂ ਜਲਦ ਹੀ ਤਲਾਕ ਲੈ ਕੇ ਵੱਖ ਹੋ ਜਾਣਗੇ। ਇਸੇ ਵਿਚਾਲੇ ਹੁਣ ਐਸ਼ਵਰੀਆ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਇੱਕ ਖਾਸ ਪੋਸਟ ਸ਼ੇਅਰ ਕਰਕੇ ਇਹਨਾਂ ਖਬਰਾਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ। ਦੱਸ ਦਈਏ ਕਿ ਅਦਾਕਾਰਾ ਐਸ਼ਵਰੀਆ ਰਾਏ ਨੇ ਅਭਿਸ਼ੇਕ ਬੱਚਨ ਅਤੇ ਧੀ ਅਰਾਧਿਆ ਦੇ ਨਾਲ ਆਪਣੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਤਿੰਨਾਂ ਦੇ ਖਿਲੇ ਹੋਏ ਚਿਹਰੇ ਨਜ਼ਰ ਆ ਰਹੇ ਨੇ। ਇਸ ਤਸਵੀਰ ਨੇ ਐਸ਼ਵਰੀਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਤਲਾਕ ਦੀਆਂ ਵਾਹਾਂ 'ਤੇ ਕਿਤੇ ਨਾ ਕਿਤੇ ਵਿਰਾਮ ਲਾ ਦਿੱਤਾ ਹੈ। ਹਾਲਾਂਕਿ ਦੋਵੇਂ ਜਣੇ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਕੋਈ ਤਸਵੀਰ ਸਾਂਝੀ ਨਹੀਂ ਕਰ ਰਹੇ ਸੀ, ਪਰ ਹੁਣ ਪੂਰੇ ਪਰਿਵਾਰ ਦੇ ਨਾਲ ਐਸ਼ਵਰੀਆ ਰਾਏ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਸੋ ਸਾਲ 2000 ਦੇ ਵਿੱਚ ਫਿਲਮ 2.5 ਅਕਸ਼ਰ ਪ੍ਰੇਮ ਕੇ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ ਦੇ ਉੱਤੇ ਫਲੋਪ ਹੋ ਗਈ ਸੀ। ਪਰ ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਦੋਨੋਂ ਜਣੇ ਪਹਿਲੀ ਵਾਰ ਇਸ ਸੈੱਟ ਦੇ ਉੱਤੇ ਮਿਲੇ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਦੇ ਸਫ਼ਰ ਨੂੰ ਅਪਣਾ ਲਿਆ। ਹਾਲਾਂਕਿ ਹੁਣ ਐਸ਼ਵਰੀਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਇਸ ਨੂੰ ਲੈ ਕੇ ਨਾ ਤਾਂ ਕਦੇ ਅਭਿਸ਼ੇਕ ਬੱਚਨ ਨੇ ਆਪਣੇ ਵੱਲੋਂ ਕੋਈ ਖਾਸ ਅਧਿਕਾਰਿਤ ਬਿਆਨ ਦਿੱਤਾ ਹੈ ਅਤੇ ਨਾ ਹੀ ਕਦੇ ਐਸ਼ਵਰੀਆ ਰਾਏ ਨੇ, ਪਰ ਹੁਣ ਇਹ ਪੋਸਟ ਕਿਤੇ ਨਾ ਕਿਤੇ ਜ਼ਾਹਿਰ ਕਰਦੀ ਹੈ ਕਿ ਤਿੰਨੋਂ ਆਪਣੀ ਫੈਮਿਲੀ ਦੇ ਵਿੱਚ ਖੁਸ਼ ਨੇ ਅਤੇ ਜੋ ਡਿਵੋਰਸ ਦੀਆਂ ਅਫਵਾਹਾਂ ਉੱਡ ਰਹੀਆਂ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਇਹ ਜੋ ਤਸਵੀਰ ਹੈ ਵਿਰਾਮ ਲਗਾਉਂਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ।